ਇਹ ਕਦਮ ਚੋਂ ਮੈਂ ਇਹ ਦੁਨੀਆ ਸਾਰੀ ਸਾਰਿਆਂ ਨੂੰ ਪਿਆਰ ਪਰੀ ਸਤਿ ਸ਼੍ਰੀ ਅਕਲ ਅੱਛਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਮੂਰਾ ਲੱਗਦਾ ਹੈ ਭਾਈ ਆਪ ਲੋਕ ਵੀ ਜਾਣਦੇ ਹੋ ਆ ਬਾਬਾ ਸਭ ਕੀ ਹੋ ਗਿਆ ਯਾਰ ਉਹ ਤੇਰੇ ਇਤਨੀ ਗੱਲ ਕਰਨ ਲੱਗਾ ਭਰਾਵਾ ਗੱਲ ਵਿੱਚ ਕੁਝ ਹੋਰ ਕਰ ਲੱਗਾ ਹੀ ਖੋਤੀ ਦਾ ਐਵੇਂ ਡਰ ਨੀ ਪੈਨਸ਼ਨ ਅੱਜ ਮੈਂ ਗੱਲ ਕਿਸੇ ਹੋਰ ਬੰਦੇ ਨਾਲ ਨਹੀਂ ਕਰਨੀ ਐ ਐ ਵੀਡੀਓ ਸ਼ੁਰੂ ਐ ਮੈਂ ਕਿੱਥੇ ਗਿਆ ਮੇਰਾ ਹੱਥ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਇਹ ਵੀਡੀਓ ਵੇਖੋ ਤੁਸੀਂ ਪਹਿਲਾਂ ਹਰਮਨ ਪ੍ਰੀਤ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ ਦੇ ਵਿੱਚ ਲਿਖਿਆ ਇਸ ਪਲ ਦੇ ਨਾਲ ਹਮੇਸ਼ਾ ਲਈ ਪਿਆਰ ਸ਼ੁਭਕਾਮਨਾਵਾਂ ਅਤੇ ਪਿਆਰ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਪਤਾ ਕੌਣ ਹੈ ਬੰਦਾ हमको ਕੀ ਪਤਾ ਉਹ ਤਾਂ ਮੈਨੂੰ ਪਹਿਲੇ ਪਤਾ ਸੀ ਤੁਹਾਨੂੰ ਨਹੀਂ ਪਤਾ ਹੋਣਾ ਪਰ ਮੈਂ ਦੱਸਦਾ ਇਹ ਬੰਦਾ ਹੈਗਾ ਵੇ World Cup ਸ਼ੁਰੂ ਹੋਣ ਲੱਗਾ ਹੈ ਇੰਡੀਆ ਦੇ ਵਿੱਚ ਨਾ 13 ਤਰੀਕ ਆਹ ਜਿਹੜੀ ਆਲਗੀ 13 ਕੱਲ ਪਰ ਥੂ World Cup ਹੈ hockey ਦਾ ਤੇ ਭਾਜੀ ਕਪਤਾਨ ਨੇ ਆਪਣੇ ਇੰਡੀਅਨ ਹਾਕੀ ਟੀਮ ਦੇ ਹਾਂਜੀ ਪੰਜਾਬ ਤੋਂ ਨੇ ਹਰਮਨਪ੍ਰੀਤ ਸਿੰਘ ਵੇਖੋ ਸਾਰੇ ਮੁੰਡੇ ਆਪਣੇ ਪੰਜਾਬੀ ਨੇ ਤੇ ਕਰਕੜ ਦਾ ਤੇ ਸਾਰਿਆਂ ਨੂੰ ਪਤਾ ਤੇ ਮੈਂ ਕਹਾਂ ਚਲੋ ਇੰਡੀਆ ਟੀਮ ਦੀ ਹਾਕੀ ਟੀਮ ਬਾਰੇ ਵੀ ਦੱਸ ਦਈਏ ਆਪਣੀ ਹਾਕੀ ਟੀਮ ਬੜੀ ਵਧੀਆ ਸੀ ਸਨ 1970 ਚ ਜਿਹੜਾ ਦੌਰ ਸੀ 60 70 75 75 ਚ ਇਹਨਾਂ ਨੇ ਵਰਲਡ ਕੱਪ ਵੀ ਜਿੱਤੇ ਆਪਣੀ ਹਾਕੀ ਦੀ ਟੀਮ ਨੇ ਉਸ ਤੋਂ ਪਹਿਲਾਂ 골ਡ ਮੈਡਲ 올림픽 ਖੇਡਾਂ ਚ ਬੜੇ ਜਿੱਤੇ ਇਹਨਾਂ ਨੇ ਕੋਈ ਟੀਮ ਨਹੀਂ ਇਹਨਾਂ 'ਤੇ ਟਿਕਦੀ ਨੰਬਰ 1 ਤੇ ਰਹਿੰਦੀ ਸੀ ਕਾਫੀ ਦੌਰ ਚੱਲਿਆ ਇਹਨਾਂ ਦਾ 30 35 ਸਾਲ ਇਹਨਾਂ ਨੇ 골ਡ ਮੈਡਲ ਹੀ ਜਿੱਤੇ ਨੰਬਰ 1 ਤੇ ਰਹੀ ਆਪਣੀ ਹੌਕੀ ਦੀ ਟੀਮ ਫਿਰ 1975 ਚ ਵਰਲਡ ਕੱਪ ਹੋਇਆ ਉਹ ਵੀ ਜਿੱਤੇ ਇਹ ਉਸ ਤੋਂ ਬਾਅਦ ਇੰਡੀਆ ਦਾ ਹਾਕੀ ਟੀਮ ਜਿਹੜੀ ਹੈ ਗ੍ਰਾਫ ਫੈਸਿਲਿਟਿਕ ਦਾ ਗਿਆ ক্রিকেট ਆ ਗਈ ক্রিকেট ਨੂੰ ਲੋਕ ਦੇਖਦੇ ਰਹੇ ਦੇਖੋ ਦੇਖੋ ਖੁੱਪ ক্রিকেট ਦੇਖੋ ਮਗਰ ਇਹ ਯਾਦ ਰੱਖਣਾ ਕਿ ਤੁਮ ਸਭ ਜਹਾਂ ক্রিকেট ਦੇਖਣ ਜਾਓਗੇ ਵਾ ਤੁਹਾਡੇ ਦੇਸ਼ ਕੇ ਨੇਤਾ ਦੇਸ਼ ਬੇਚ ਚੁਕੇ ਹੋਗੇ ਜਿੱਥੇ ਸਾਡੇ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਨੇ ਕੁਛ ਭਰਾ ਤੇ ਭੈਣ ਆ ਸਾਡੀ ਭੈਣ ਫੇਰ ਇਹਨੇ ਵੇਖੋ ਪਤਾ ਤੈਨੂੰ ਪਿੱਛੇ ਜੇ ਭੈਣ ਨੇ ਉਥੇ ਸੋਨੇ ਦਾ ਤਗਮਾ ਜਿੱਤਿਆ ਸੀ ਆ ਬਰਮੀ ਗੰਮ ਚ ਤੇ ਆ ਫਿਰ ਭੈਣੇ ਜਿੱਥੇ ਆ ਚੱਕ ਲਿਆ ਭਾਰ 123 ਕਿਲੋ ਰਿਕਾਰਡ ਰਕੂਡ ਸਾਰੇ ਤੋੜਤੇ ਨੇ ਇੰਡੀਆ 'ਚ ਚੱਕਿਆ ਹੁੰਦੇ ਨੇ ਨੈਸ਼ਨਲ ਲੈਵਲ ਤੇ ਆ ਤੂਬੇ ਦਾ ਚਿਲੋ ਚੰਗੇ ਬੰਦੇ ਜਿਹੜੇ ਪੰਜਾਬ ਦਾ ਨਾਂ ਰੋਸ਼ਨ ਕਰ ਰਹੇ ਉਹਨਾਂ ਬਾਰੇ ਤੇ ਆਪਾਂ ਦੱਸੀਦਾ ਇਹ ਬੰਦੇ ਚੰਗੇ ਨੇ ਤੇ ਜਿਹੜੇ ਪੰਜਾਬ ਦਾ ਨਾਂ ਖਰਾਬ ਕਰ ਰਹੇ ਨੇ ਪਿੱਛੇ ਦੇਖ ਲੋ ਇੰਦਾ ਦੀ ਅੱਜ ਕਲਾਸ ਲਾਣੇ ਆ ਚਲੋ 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 ਅੱਛਾ ਜੀ ਪੂਰਾ ਮਾਮਲਾ ਜਿਹੜਾ ਜਸਨੀਤ ਜਿਹੜੇ ਪਿੱਛੇ ਦੀ ਫੜੀ ਗਈ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਹ ਜਸਨੀਤ ਕਿਦਾਂ ਫੜੀ ਗਈ ਕੀ ਕਾਰਵਾਈ ਹੋ ਰਹੀ ਕਿਦਾਂ ਕਿਹਦੀ ਗਲਤੀ ਸੀ ਉਹ ਮਾਮਲਾ ਮੈਂ ਬਾਅਦ ਚ ਦੱਸਦਾ ਵੀਡੀਓ ਦੇ ਐਂਡ ਚ ਕਿ ਕਿਦੀ ਗਲਤੀ ਜੋ ਪਰ ਉਸ ਤੋਂ ਪਹਿਲਾਂ ਥੋੜੇ ਜਿਹਾ ਸਵਾਦ ਸੂਦ ਲ ਲਈਏ ਹਲਕੀਆਂ ਹਲਕੇ ਉਂਗਲਾਂ ਦੇ ਦੀਏ ਇਹ ਨਾ ਇੱਕ ਇੰਟਰਵਿਊ ਦੇਣ ਗਈ ਇੱਕ ਚੈਨਲ ਤੇ ਲੁਧਿਆਣੇ ਦਾ ਕੋਈ ਚੈਨਲ ਸੀ ਲੁਧਿਆਣੇ ਸ਼ਹਿਰ ਦਾ ਉੱਥੇ ਇੰਟਰਵਿਊ ਦੇਣ ਗਈ ਵਿਖੋ ਐਂਕਰ ਨੂੰ ਪਹਿਲੀ ਗੱਲ ਐਂਕਰ ਨੂੰ ਇਹਦਾ ਨਾਮ ਤਾਂ ਹੀ ਨਹੀਂ ਪਤਾ ਮੋਹਨਪਾਲ ਸਿੰਘ ਔਰ ਇੱਕ ਤੋਂ ਨਾਮ ਕੀ ਸੀ ਗਾ ਇਹਦਾ ਨਾਮ ਹੈਗਾ ਚਤੋੜ ਗੜ ਦੀ ਮਾਹਰ ਰਾਣੀ ਮੈਂ ਭੈਣ ਚ ਮੈਂ ਅਬੇ ਜਲਦੀ ਬੋਲ ਇੱਥੇ ਬਿਠਾ ਲਈ ਏ ਉਹਨੂੰ ਦਫ਼ਤਰ ਆਪਣੇ ਚ ਇੰਟਰਵਿਊ ਵਾਸਤੇ ਤੇ ਉਸ ਤੋਂ ਪਹਿਲਾਂ ਭਾਜੀ ਦਾ ਕੋਈ ਬਾਇਓ ਡਾਟਾ ਨਹੀਂ ਐਵੇਂ ਜਣੀ ਖੜੇ ਨੂੰ ਲਿਆਂ ਦੇ ਇੰਟਰਵਿਊ ਚ ਤੇਰਾ ਨਾਮ ਕੀ ਹੈ ਕੁੜੀ ਵਿਚਾਰੀ ਦੀ ਬੇਇੱਜ਼ਤੀ ਕਰ ਰਹੇ ਤੁਸੀਂ ਬੁਲਾ ਕੇ ਸਟੂਡੀਓ ਚ ਸਹੀ ਤਰ੍ਹਾਂ ਨਾਮ ਦੱਸੋ ਜਸਨੀ ਜਸਨੀ ਉਰਫ ਰਾਜਵੀਰ ਔਰ ਉਰਫ ਰਾਜਵੀਰ ਵੱਲੋਂ ਰਿਪੋਰਟਰ ਸਾਹਿਬ ਨੇ ਵੀ ਵਾਹ ਵਾਹ ਬਾਥਰੂਮ 'ਚ ਟਾਈਮ ਪਾਸ ਕੀਤਾ ਹੋਣਾ ਜਿਸ ਨੇ ਦੀਆਂ ਵੀਡੀਓ ਲਾ ਕੇ ਤਾਂ ਹੀ ਨਾਜ ਜਾਦਾ ਆ ਰਿਹਾ ਬਿਲਕੁਲ ਆਪਨੇ ਮੇਰੇ ਦਿਲ ਕੀ ਬਾਤ ਬਤਾ ਦਿੱਤੀ ਤੋ ਕਿ ਜਦੋਂ ਤੁਹਾਡੇ ਸਾਹਮਣੇ ਕੋਈ ਤੁਹਾਡਾ ਜਿਹਦੇ ਨਾਮ ਜਿਹਦੇ ਨਾਮ ਤੁਸੀਂ ਇਮੇਜਿਨ ਕਰਕੇ ਹੱਥ ਰਸੀ ਕੀਤੀ ਹੋਵੇ ਅਚਾਨਕ ਤੁਹਾਡਾ ਕ੍ਰਸ਼ ਸਾਹਮਣੇ ਆ ਜਾਏ ਤਾਂ ਬੰਦੇ ਦੀ ਜ਼ਬਾਨ ਥਥਲਾਣੀ ਲੱਗ ਪੰਦੀ ਉਹ ਤੁਹਾਡੇ ਨਾਂ ਕੀ ਤਾਂ ਐਂਕਰ ਭੁੱਲ ਗਿਆ ਨਹੀਂ ਤੇ ਇਨੀ ਉਮਰੇ ਪੈ ਅચ્છਾ ਅਗਲਾ ਝੂਟ ਵੇਖਿਓ ਜੋ ਆਏ ਦਿਨ ਇੰਸਟਾਗ੍ਰਾਮ ਦੇ ਉੱਤੇ ਆਪਣੀਆਂ ਕਾਫੀ ਵੀਡੀਓਜ਼ ਕਰਕੇ ਫੇਮਸ ਰਹਿੰਦੇ ਨੇ ਔਰ ਕੁਝ ਫਿਲਮ ਫਿਲਮਾਂ ਵੀ ਇਹਨਾਂ ਨੇ ਕੀਤੀਆਂ ਹੋਈਆਂ ਨੇ ਆ ਬੁੱਜੜਾ ਤੂੰ ਕਿਹੜੀ ਫਿਲਮ ਦੇ ਰਹੇ ਆ ਕਿਹੜੀ ਕਿਤ ਕਿਹੜੀ ਫਿਲਮ ਆਈ ਦੀ ਤੁਹਾਨੂੰ ਤੁਹਾਨੂੰ ਪਤਾ ਕਿਹੜੀ ਕੋਈ ਫਿਲਮ ਆਈ ਦੀ ਮੈਂ ਤਾਂ ਜਸਨੀਤ ਪੰਜਾਬੀ ਮੂਵੀ ਟ੍ਰੇਲਰ ਪੰਜਾਬੀ ਫੁੱਲ ਮੂਵੀ ਸਾਰੀਆਂ ਭਰ ਕੇ ਵੇਖ ਲੀਆਂ ਗੂਗਲ ਤੇ YouTube ਤੇ ਜਿਹੜੀ ਜਿਹੜੀ ਐਪ ਹੈ Netflix ਕੋਈ ਜਸਨੀਤ ਫਿਲਮ ਨਹੀਂ ਐਵੇਂ ਚਪਲਾ ਮਾਰੀ ਜਾਂਦੇ ਆ ਕੀ ਇਹਹੀ ਗੁਨਾਹ ਹੈ ਮੇਰਾ ਉਹਦੇ ਮੰਮਿਆਂ ਚੋਂ ਨਿਕਲ ਉੱਥੇ ਨਜ਼ਰਾਂ ਟਿਕਾ ਕੇ ਬੈਠਾ ਹੋਵੇ ਉਹ ਵੀ ਵਿਚਾਰੀ ਗੰਦੀ ਹੋਣੀ ਹੈ ਇੰਟਰਵਿਊ ਮੇਰੀ ਹੋ ਰਹੀ ਨਾ ਫਿਲਮਾਂ ਮੈਂ ਚਲ ਨੰਬਰ ਬੰਦੇ ਹੀ ਪਏ ਨੇ ਚਲੋ ਚਲੋ ਕੰਟੀਨਿਊ ਮਾਮਲਾ ਇਹ ਹੈਗਾ ਜੀ ਜਦੋਂ ਲੱਕੀ ਤੇ ਜਸਨੀਤ ਦੋਨੋਂ ਇੱਕ ਜਿਮ ਲਗਾਉਂਦੇ ਨੇ ਹਾਂ ਜਿਮ ਉਹ ਵੀ ਜਸਨੀਤ ਉਹ ਇਹ ਤਾਂ ਗੱਲ ਸਾਰ ਸਾਰ ਝੂਠ ਏ ਜਸਨੀਤ ਨੇ ਜਿਮ ਲਾ ਗਿਆ ਆਪਣੀ ਟਟਿ ਘਟਾਣੀ ਵਾਸਤੇ ਖੋਤੀ ਤੇ ਮਾਮਲਾ ਉੱਥੇ ਨਹੀਂ ਰੁਕਦਾ ਉਸ ਤੋਂ ਬਾਅਦ ਲੱਕੀ ਸੰਧੂ ਉਹਨਾਂ ਨੂੰ ਕਾਲ ਕਰਦਾ ਜੀ ਫਰੋਤੀ ਵਾਸਤੇ ਫੋਨ ਕੌਣ ਕਰਦਾ ਹਾਂ ਇੱਕ ਮਿੰਟ ਸਕ੍ਰਿਪਟ ਪੜ੍ਹ ਕੇ ਦੱਸਦੀ ਹਾਂਜੀ ਹਾਂਜੀ ਲੱਕੀ ਲੱਕੀ ਫੋਨ ਕਰਦਾ ਮੈਨੂੰ ਹਾਂਜੀ ਲੱਕੀ ਲੱਕੀ ਸੰਧੂ ਫੋਨ ਕਰਦਾ ਇਹ ਜਿਹੜੀ ਇੰਟਰਵਿਊ ਸੀ ਨਾ ਇਹ ਪ੍ਰੀ ਪਲਾਨਡ ਇੰਟਰਵਿਊ ਸੀ ਸਭ ਕੁਝ ਪਹਿਲਾਂ ਤੋਂ ਤੈਅ ਸੀ ਇਹ ਸਵਾਲ ਮੇਰੇ ਕੋ ਐਂਕਰ ਨੇ ਪੁੱਛਣੇ ਨੇ ਮੈਂ ਜਵਾਬ ਦੇਣਾ ਇਹ ਮੰਨੀ ਹੈ ਇਹਦੀ ਇੰਟਰਵਿਊ ਆਈ ਦੋ ਦਿਨ ਪਹਿਲਾਂ ਪ੍ਰੋ ਪੰਜਾਬ ਤੇ ਮੰਨੀ ਆਪਕੇ ਇਹ ਜਿਹੜੀ ਮੈਂ ਇੰਟਰਵਿਊ ਦਿੱਤੀ ਸੀ ਨਾ ਦੋ ਮਹੀਨੇ ਪਹਿਲਾਂ ਇਹ ਪੂਰੀ ਪ੍ਰੀ ਪਲਾਨ ਇੰਟਰਵਿਊ ਸੀ ਮੈਂ ਕਿਸੇ ਦੇ ਦਬਾਤ ਤੇ ਲਿਆ ਕੇ ਬੋਲ ਰਹੀ ਸੀ ਅੱਗੇ ਕੀ ਤੁਹਾਨੂੰ ਦੱਸਦੇ ਆ ਪਰ ਐਂਕਰ ਸਾਹਿਬ ਵੀ ਕੋਈ ਪੁੱਛੋ ਭੀ ਜਿਹੜੀ ਤੇਰੇ ਕੋ ਗੱਡੀ ਐ ਬੀਐਮਡੂ ਉਹ ਕਿੱਥੋਂ ਆਈ ਦੱਸਣਾ ਚਾਹੂੰਗੀ ਕਿ ਮੇਰੇ ਕੋਲ ਖੁਦ ਹੀ ਬੀਐਮਡੂ ਸੋ ਮੇਰੇ ਮਤਲਬ ਮੈਨੂੰ ਮੇਰੇ ਘਰ ਤੋਂ ਹੀ ਬਹੁਤ ਜ਼ਿਆਦਾ ਹਨਾ ਵੀ ਰਹੀਸ ਆ ਉਹ ਰੀਸ ਆਬ ਚਾਰ ਸਾਲਾਂ ਜੇ ਕੱਚੀ ਤੋਂ ਬਦਲ ਨਹੀਂ ਹੋਈ ਭੈ ਜ ਰੀਸ ਕੇ ਕਿੱਥੇ ਦੀ ਬੰਗਲਾਦੇਸ਼ ਦੀ ਤੂੰ ਉਹ ਚ ਗੱਪ ਮਾਰਨ ਲੱਗਾ ਕੋ ਸੋਚਦੇ ਨਹੀਂ ਅੱਗੇ ਪਿੱਛੇ ਨਹੀਂ ਸੋਚਦੇ ਤੂੰ ਮੈਂ ਤੇ ਸ਼ੁਰੂ ਤੇ ਰੀਸ ਆ ਪੈਂ ਜੇ ਕੋ ਕੱਚੀ ਨੂੰ ਪਾਲਾਂ ਦੀ ਲਾਲਾਂ ਦੀ ਮੈਂ 2 ਸਾਲ ਹੋ ਗਏ ਦੀ ਰੀਲਾ ਵੇਖਦੇ ਨੂੰ ਇੱਕੋ ਕਾਲੀ ਕੱਚੀ ਹੁੰਦੀ ਇਹਦੇ ਕੋਲ ਝੂਠ ਹੈ ਝੂਠ ਹੈ ਝੂਠ ਹੈ ਤੈਨੂੰ ਬੜਾ ਪਤਾ ਹੈ ਬੁੱਡੇ ਵਾਰੇ ਕੀ ਝੂਠ ਹੈ ਕੀ ਸੱਚ ਹੈ ਚੱਲ ਮੋਦੀ ਆਪਣਾ ਯਾਰ ਹੈ ਯਾਰ ਸੱਚ ਦੱਸਦੇ ਨੇ ਚਾਰ ਕੱਚੀਆਂ ਨੇ ਇਹਦੇ ਕੋਲ ਪਰ ਫਿਰ ਵੀ ਸੋਚਣ ਵਾਲੀ ਗੱਲ ਹੈ ਯਾਰ 2 ਸਾਲ ਹੋ ਗਏ ਨੇ ਇਹਨੂੰ ਵੀਡੀਓ ਬਣਾਦੇ ਨੂੰ ਚਾਰ ਕੱਚੀਆਂ ਘਾਟੀ ਨੇ ਬੱਤ ਸਹੀ ਹੈ ਚੁੱਪ ਇਹ ਨਾ ਅਸਲ 'ਚ ਪਤਾ ਹੈ ਤੁਸੀਂ ਕਦੀ ਗੱਲ ਨੋਟ ਕੀਤੀ ਜਿ ਸੁਨੀਦ ਆਪਣੀ ਵੀਡੀਓ 'ਚ ਘੁੰਮ ਕੇ ਕਿਉਂ ਨਹੀਂ ਦਿਖਾਉਂਦੀ ਕਿਸੇ ਵੀ ਵੀਡੀਓ 'ਚ ਕੋਈ ਵੀ ਵੀਡੀਓ ਹੈਗੀ ਜਾਂ ਇਦਾਂ ਕਰੇਗੀ ਜਾਂ ਅੰਡਰਵੇਅਰ ਦਿਖਾ ਦੇਗੀ ਪਰ ਕਦੀ ਘੁੰਮ ਕੇ ਨਹੀਂ ਦਿਖਾਏਗੀ ਦਾ ਪਤਾ ਕਿਉਂ ਕੋਕ ਚਾਰ ਕਛੀਆਂ ਨੇ ਘਸ ਗਈਆਂ ਵਿਚਾਰੇ ਦੀਆਂ ਨਰਾਮਰਾ ਕੇ ਪਿੱਛੇ ਮੋਰੀਆਂ ਆਈਆਂ ਨੀਆਂ ਮੂਰਾ ਲੱਗਦਾ ਹੈ ਭਾਈ ਆਪ ਲੋਕ ਵੀ ਜਾਣਦੇ ਹੋ ਤੁਹਾਡੀ ਉਮਰ ਕਿੰਨੀ 24 ਸਾਲ ਹੈ ਸੁ ਨਹੀਂ ਮੇਰੀ 22 23 ਹੈ ਓ ਮਾਈ ਗੋਡ ਇਨੀ ਛੋਟੀ ਉਮਰ ਤੇ ਇਨੀ ਛੋਟੀ ਉਮਰ 'ਚ ਇੰਨੇ ਵੱਡੇ ਵੱਡੇ ਕਾਂਡ ਭੈ ਚ ਉਹਨੂੰ ਮੂਤੀ ਕਰਕੇ ਬੰਦਾ ਝਾੜੇ ਨਾ 70 80 ਵਿੱਚ ਸੰਦ ਨਿਕਲਨੇ ਖੋਤੇ ਦੀ ਬੱਚੀ ਉਹ ਤੇਰੇ ਨਾਂ ਦੇ ਤੇ ਕਾਹ ਮਾਰ ਗਏ ਨੇ ਤੂੰ ਇੱਥੇ ਕਰਨ ਦੀ ਨੇ ਬਾਈ 23 ਸਾਲ ਉਮਰ ਹੈ ਤੇਰੀ ਮੈਂ ਚ ਸੁਥਣ ਲਵਾ ਕੇ ਬੰਦਾ ਵੇਖੇ ਨਾ ਥੱਲੇ ਢੋਲੇ ਆਏ ਹੋਣੇ ਥੋੜੀ ਮਜ਼ਾ ਆਦਾ ਰੱਖੀਏ ਪਰ ਐਕਚੁਅਲੀ ਮੈਂ ਦੇਖੋ ਮੈਂ ਕਾਫੀ ਛੋਟੀ ਹਾਂ ਮੈਂ ਦੱਸਣਾ ਚਾਹੂੰਗੀ ਸਾਰਿਆਂ ਨੂੰ ਇਹ ਭੈ ਚੋ ਸਹੀ ਹੈ ਜਦੋਂ ਬੁੱਢੇ ਵਾਜੇ ਸਰ ਮੈਂ ਬਹੁਤ ਛੋਟੀ ਹਾਂ ਜਦੋਂ ਲੋਕਾਂ ਆ ਕੇ ਕੱਛੀਆਂ ਕੱਛੀਆਂ ਦਿਖਾਉਂਦੀ ਸੀ ਸਾਲੀਏ ਮੋਰੀਆਂ ਹੋਈਆਂ ਭੈ ਚੋ ਮੁਸ਼ਕੀਆਂ ਕੱਛੀਆਂ ਦਿਖਾਉਂਦੀ ਉਦੋਂ ਉਦੋਂ ਤੂੰ ਛੋਟੀ ਨਹੀਂ ਸੀ ਐ ਛਾੜੀ ਕੇ ਤੋ ਟਹੀ ਕੋਈ ਮਾਰ ਜਿਹੜਾ ਮੈਂ ਸਰ ਫਿਰ ਬਹੁਤ ਛੋਟੀ ਆ ਗੁੱਸਾ ਜਣਾ ਮੇਰੇ ਯਾਰ ਅੱਛਾ ਇਹ ਦੱਸ ਜਿਹੜੇ ਤੂੰ ਬਲੈਕਮੇਲ ਕੀਤਾ ਜਿਹੜਾ ਤੇਰੇ ਤੇ આરોਪ ਲੱਗਾ ਸੀ ਤੂੰ 35 ਲੱਖ ਰੁਪਏ ਮਾਰ ਲਿਆ ਉਹਦੇ ਪਿੱਛੇ ਕਿਹਦਾ ਦਿਮਾਗ ਸੀ ਕੋਲ ਮਾਸਟਰਮਾਈਂਡ ਸੀ ਤੈਨੂੰ ਕਿਹਨੇ ਕਿਹਾ ਸੀ ਵੀ ਇਹ ਕੰਮ ਕਰ ਲੋਕਾਂ ਨੂੰ ਬਲੈਕਮੇਲ ਕਰ ਐਕਚੁਅਲੀ ਮਾਸਟਰਮਾਈਂਡ ਲੱਕੀ ਸੰਧੂ ਉਰਫ ਸਰਵਉਤਮ ਸਿੰਘ ਸੀਗਾ ਇਸ ਇੰਟਰਵਿਊ ਚ ਕਹਿਣ ਦੀ ਲੱਕੀ ਸੰਧੂ ਨੇ ਮੇਰੇ ਕੋਲੋਂ ਪੁੱਠੇ ਕੰਮ ਕਰਾਏ ਠੀਕ ਹੈ ਇਹਵੇਂ ਲੱਕੀ ਸੰਧੂ ਜਾਣੀ ਕਿ ਇਸ ਇੰਟਰਵਿਊ ਦੇ ਵਿੱਚ ਜਸਨੀਤ ਕਹਿੰਦੀ ਪਈਏ ਲੱਕੀ ਸੰਧੂ ਨੇ ਮੇਰੇ ਕੋਲੋਂ ਸਾਰੇ ਕੰਮ ਗਲਤ ਕਰਾਏ 2 ਦਿਨ ਪਹਿਲੇ ਦੀ ਇੰਟਰਵਿਊ ਆਈ ਪੰਜਾਬ ਤੇ ਇਸ ਇੰਟਰਵਿਊ 'ਚ ਕਹਿੰਦੀ ਮੇਰੇ ਕੋਲ ਜਿੰਨੇ ਗਲਤ ਕੰਮ ਕਰਾਏ ਨੇ ਉਹ ਇਸ ਗਰਚੇ ਨੇ ਕਰਾਏ ਨੇ ਪਰ ਹੁਣ ਤੈਨੂੰ ਮੈਂ ਅਸਲੀਅਤ ਦੱਸ ਦੇਣਾ ਤੁਸੀਂ ਵੀ ਬੇਸ਼ੱਕ ਇਹਨਾਂ ਦੀ ਸਾਰੇ ਇੰਟਰਵਿਊ ਦੇਖ ਲਿਓ ਜੋ ਮੈਨੂੰ ਲੱਗਾ ਇਹ ਮੁੰਡਾ ਬੇਕਸੂਰੇ ਇੰਨੇ ਨਹੀਂ ਕੰਮ ਕਰਾਏ ਇਹ ਇਹ ਤਾਂ ਵਿਚਾਰਾ ਇਹਨਾਂ ਦੋਨਾਂ ਦੀ ਮਦਦ ਕਰਨਾ ਹੈ ਅਸਲ 'ਚ ਮਾਸਟਰਮਾਈਂਡ ਛੋਟੇ ਅਖਰਾਂ ਜਿਹਦਾ ਹਾਂਦਾ ਹੋਰ ਬੰਦੇ ਦੀ ਵੀ ਕੁੱਤੇ ਖਾਣੀਆਂ ਹੀ ਕਰਨੀ ਹੈ ਇਹ ਬੜੇ ਬੰਦੇ ਲਾਈਨ 'ਚ ਲੱਗੇ ਹੋਏ ਨੇ ਤੇ ਅਸਲ 'ਚ ਮਾਸਟਰਮਾਈਂਡ ਇਹ ਗਰਚਾ ਸਾਹਿਬ ਇਹ ਗੇਮ ਖੇਡ ਗਿਆ ਸਾਰੀ ਇਹ ਗਿਆ ਸੀ ਦੇ ਕੋਈ ਮਦਦ ਲੈਣ ਸਮਝੇਗਾ ਕਿਉਂਕਿ ਇਹ ਇਹਨਾਂ ਦੇ ਇਲਾਕੇ ਦਾ ਵੇ ਉਹ ਕੋਈ ਕਾਂਗਰਸ ਦਾ ਪ੍ਰਧਾਨ ਹਨਾ ਮੁੰਡੇ ਜਾਂਦੇ ਹੁੰਦੇ ਨੇ ਭਾਜੀ ਮੇਰੀ ਮਦਦ ਕਰਾ ਦਿਓ ਇਹ ਇਹਦੇ ਕੋਲ ਗਰਚਾ ਲੈਣ ਗਿਆ ਦੇ ਕੋਈ ਮਦਦ ਉਲਟਾ ਗਰਚੇ ਨੇ ਲੱਕੀ ਸੰਧੂ ਨੂੰ ਪਸਾ ਛੱਡੇ ਵੇ ਲਾਉ ਮੁੰਡਾ ਉੱਤੇ ਵਿਚਾਰਾ ਮਦਦ ਕਰਨਾ ਹੈ ਉਹਦਾ ਕੋਈ ਲੈਣਾ ਦੇਣਾ ਨਹੀਂ ਇਹਨਾਂ ਨੇ ਉੱਤੇ ਕੜੀ ਸਿਆ ਸੰਤ ਜਸਨੀਤ ਨੇ ਤੇ ਗਰਚੇ ਨੇ ਪਰ ਗਰਚਾ ਅਗੂ ਹੋ ਗਿਆ ਵਖੇੜ ਗਿਆ ਗਰਚੇ ਨੇ ਜਦੋਂ ਪਤਾ ਜਸਨੀਤ ਪਹਿਲੀ ਵਾਰੀ ਚ ਕੀਤੀ ਸੀ 35 ਲੱਖ ਚ ਉਹ ਗਰਚੇ ਦੀ ਗੇਮ ਸੀ ਗਰਚੇ ਨੇ ਝੂਠਾ ਪਰਚਾ ਪਾ ਦਿੱਤਾ ਲੱਕੀ ਸੰਧੂ ਤੇ ਜਸਨੀਤ ਤੇ ਵੀ ਇਹ ਮੈਨੂੰ ਠੱਗਦੇ ਫਿਰਦੇ ਨੇ ਲੱਗੀ ਗੱਲ ਦੀ ਸਮਝ ਅਸਲ ਚ ਮਾਸਟਰਮਾਈਂਡ ਸੀ ਗਰਚਾ ਜਿਹੜਾ ਜਸਨੀਤ ਨੂੰ ਵੀ ਵਰਤ ਗਿਆ ਤੇ ਲੱਕੀ ਸੰਧੂ ਨੂੰ ਵੀ ਪਰ ਗੱਲ ਇਹ ਵੇ ਕਿ ਜਿਹੜਾ ਮਰਜੀ ਜਿੰਨੂੰ ਮਰਜੀ ਵਰਤ ਗਿਆ ਵੇਕਸੂਰ ਦਾ ਵਿੱਚ ਆਣਾ ਨਹੀਂ ਚਾਹੀਦਾ ਕੋਈ ਨਾ ਤੇ ਗੱਲ ਹੈਗੀ ਐਡਾ ਵੀ ਜਸਨੀਤ ਕੁਰੇ ਲਾ ਤੇਰੇ ਭੈਣ ਚੋਦ ਬਾਈਆਂ ਤੇਰੀ ਸਾਲਾਂ ਦੀ ਉਮਰ ਨਹੀਂ ਤੂੰ ਕਦੀ ਘਰਚੇ ਉਲਟਈ ਮਰਵਾ ਨਹੀਂ ਕਦੀ ਕਿਸੇ ਕਿਸੇ ਕੋਲੋਂ ਉਹ ਤਾਂ ਤਾਂ ਘਰਚੇ ਨੇ ਵੀ ਕਿਉਂ ਘਰਚੇ ਨੇ ਕਿਉਂ ਬੰਡ ਮਾਰੀ ਜਸਨੀਤ ਦੀ ਆਪ ਤੇ ਸੁਥਣਾ ਨਾਲ ਆ ਕੇ ਆਂਦੀਆਂ ਨੇ ਵੀ ਸਾਡੀ ਮਾਰ ਲਓ ਅਗਲੇ ਨੇ ਤੇ ਮਾਰਨੀ ਹੈ ਜਦੋਂ ਨੂੰ ਪਤਾ ਲੱਗਾ ਨਟ ਤੇ ਵੇਖਦੇ ਹੋਣਾ ਕਿ ਤੂੰ ਉਹਨੂੰ ਵੀ ਨਟ ਤੇ ਮਿਲੀ ਏ ਵੇਖਦਾ ਹਣਾ ਵੀ ਆ ਗਸ਼ਤੀ ਜੀ ਚਲੋ ਇਹਨੂੰ ਮੈਸੇਜ ਕਰਾਂ ਕੀਤਾ ਉਹ ਫਸ ਗਈ ਉਹੋ ਜਿਸਨੀਤ ਸਮਝੀ ਨਹੀਂ ਮੈਨੂੰ ਵਰਤਾਂ ਹੀ ਗਰਤੇ ਨੂੰ ਗਰਚਾ ਕੋ ਐਡਾ ਮਾਸਟਰਮਾਈਂਡ ਨਿਕਲੇ ਹੋ ਜਿਸਨੀਤ ਨੂੰ ਵਰਤ ਗਿਆ ਲੱਗੇਗਾ ਦੀ ਸਮਝ ਇਹ ਗੇਮ ਹੋਈ ਏ ਤੇ ਗੱਲ ਤੇ ਸਾਰੀ ਕਸੂਰ ਤੇ ਭੈਣ ਚ ਸਾਰਾ ਸਾਰਾ ਜਿਸਨੀਤ ਦਾ ਵੀ ਜਦੋਂ ਸੁਥਣਾ ਲਾ ਕੇ ਤੂੰ ਆ ਪਾਏਂਗੀ ਮੇਰੇ ਕੋ ਮੈਂ ਕਿਹੜੀਆਂ ਗਾਲਾਂ ਕੱਢਾਂ ਇਹਨੂੰ ਹਜੇ ਤੱਕ ਪਿਛਲੇ ਪਿਛਲੀ ਵੀਡੀਓ ਚ ਮੈਂ ਗਾਲਾਂ ਕੱਢ ਕੇ ਟਿਆ ਯਾਰ ਫੇਰ ਆ ਜਾਣਾ ਵੀ ਨਾ ਗਾਲਾਂ ਕੱਢੋ ਵੈਸੇ ਤੇ ਬਥੇਰੀਆਂ ਕੱਢ ਦਿੱਤੀਆਂ ਨੇ ਸੱਚਾ ਹਾਂ ਜਾਂਦੇ ਜਾਂਦੇ ਉਹ ਇੰਜਨ ਸ਼ਿਵਮ ਤੇ ਵੀ ਮੜ ਜਾ ਹੱਥ ਫੇਰੀ ਜਾਈਏ ਕਹਿੰਦੇ ਸੁਣਿਆ ਭਾਬੀ ਕੈਨੇਡਾ ਚ ਚਲ ਗਈ ਤੇ ਜਿਹੜਾ ਭਾਬੀ ਦਾ ਹੱਥ ਵਿਆਹ ਲਵਾ ਕੇ ਦਿੱਤਾ ਨਾ ਉਹ ਬੰਦਾ ਜਿਹਨੇ ਪਹਿਲਾਂ ਤੁਹਾਨੂੰ ਬਸ ਸਾਰੀ ਗੱਲ ਸਮਝਾਵਾਂ ਯਾਰ ਆ ਵੇਖੋ ਸੱਸਰੀ ਕਾਲ ਦੀ ਸਾਰਾ ਮੇਰੀ ਆਵਾਜ਼ ਸੁਣ ਕੇ ਆਈ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿਹੜਾ ਸਟਾਰ ਅੱਜ ਪੀਪੀਆਰ ਲੈ ਗਿਆ ਅਗਰੀ ਸਰ ਦੀ ਬਹੁਤ ਵੱਡੀ ਸਟਾਰਟਿੰਗ ਉਹ ਅੰਕਲ ਜੀ ਨਾਲ ਇਹ ਸਟਾਰਸ ਟੂਰ ਨਾ ਗਿਆ ਕਰੋ ਬਹੁਤ ਵੱਡਾ ਸਟਾਰ ਬਹੁਤ ਵੱਡਾ ਕਿਹ ਸਟਾਰ ਹੈ ਕੀ 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 ਤਾਰੇ ਸਟਾਰ ਵਾਲਾ ਬਹੁਤ ਵੱਡਾ ਸਟਾਰ ਬਹੁਤ ਭੂਵੇਂ ਜਿਹੜਾ ਦੀਪ ਮਠਰੂ ਦੀ ਇੱਕ ਇੰਟਰਵਿਊ ਆਈ 2 ਦਿਨ ਪਹਿਲਾਂ ਉਹਦੇ ਚ ਵੀ ਉਹ ਰਿਪੋਰਟਰ ਗਿਆ ਬਹੁਤ ਵੱਡਾ ਸਟਾਰ ਇਹ ਜਸਨੀ ਦੇ ਇੰਟਰਵਿਊ ਲਈਦੀ ਪਰ ਉਹ ਜਾ ਵੇਲੇ ਬਹੁਤ ਉਹ ਕਿਹੜਾ ਸਟਾਰ ਹੈ ਕਿਹੜਾ ਸਟਾਰ ਤੁਸੀਂ ਵੇਖ ਲੈਣੇ ਨੇ ਇਹਨਾਂ ਦੇ ਮੋਢਿਆਂ ਤੇ ਓਏ ਇਸ ਬਲੌਗ 'ਚ ਸਰੀਆਮ ਕਹਿ ਜਾਂਦਾ ਸਾਨੂੰ ਹੁਣ ਸਟਾਰ ਦੇ ਦੇ ਭੈਣ ਜੀ ਤੁਹਾਨੂੰ ਹੀ ਦੇ ਦਨੇ ਸਟਾਰ ਜਿਹੜਾ ਤੁਹਾਡੇ ਕੋਲ ਆ ਜਾਏ ਰੱਬ ਦੇ ਬੰਦੇ ਨੇ ਉਹ ਹਾਂ ਰੱਬ ਦੇ ਬੰਦੇ ਆ ਬਹੁਤ ਵਧੀਆ ਬੰਦੇ ਆ ਔਰ ਐਂਜਲ ਸ਼ਿਵਮ ਵੀਜ਼ਾ ਲੈ ਚੁੱਕੇ ਆ ਉਹ ਗੱਲ ਕਰਦੇ ਆ ਬੱਚੇ ਦਾ ਬੱਚੇ ਸਰ ਸਾਨੂੰ ਬਹੁਤ ਵਧੀਆ ਲੱਗਾ ਪਤਾ ਨੂੰ ਮਿਲੇ ਐਕਚੁਅਲੀ ਨਾ ਪਹਿਲਾਂ ਆਪਾਂ ਕਿਤੋਂ ਹੋਰ ਕੇਸ ਅਪਲਾਈ ਕੀਤਾ ਸੀ ਬਟ ਉਹ ਬਹੁਤ ਜ਼ਿਆਦਾ ਲੇਟ ਕਰਦੇ ਪਏ ਸੀ ਦੀ ਪੈਸੇ ਉਹ ਮੰਗਦੇ ਸੀ ਸੀ ਡਾਕੂਮੈਂਟਸ ਬਹੁਤ ਜ਼ਿਆਦਾ ਮੰਗ ਰਹੇ ਸੀ ਫਸਟ ਵਾਰ ਮੈਂ ਕਹਿੰਦੇ ਕੋ ਕੇਸ ਅੱਛਾ ਇਹ ਜਿਹੜਾ ਨਾ ਬੰਦਾ ਆਰੀਅਨ ਅਕੈਡਮੀ ਮਲਾ ਇਹ ਵੇ ਸੁਨੇਹਾ ਨਾਲ ਅੱਜ ਕੱਲ੍ਹ ਘੁੰਮਦਾ ਵਲੋਗਾ ਚ ਤੁਸੀਂ ਸੁਨੇਹਾ ਘਟਿਆਲ ਦੇ ਵਲੋਗਾ ਚ ਦੇਖ ਸਕਦੇ ਅੱਲੀ ਤਾਂ ਸ਼ੁਰੂ ਵੀ ਨਹੀਂ ਸੀ ਉਹ ਯਾਰ ਸਾਲਾ ਡੁੱਬ ਗਏ ਮਨ ਸੁਨੇਹਾ ਘਟਿਆਲ ਕੇ ਤਾਂ ਨਾ ਘੁੰਮਦੀ ਵੀ ਐਂਜਲੋ ਰੈਨਰ ਉਹਨੇ ਤਾਂ ਕਿਹਾ ਉਹਨਾਂ ਵੀ ਮੈਂ ਤੁਹਾਨੂੰ ਵੀਜ਼ਾ ਲਵਾ ਕੇ ਦੇਣੀ ਹੈ ਮੇਰਾ ਵਾਕਵ ਹੈ ਵੇ ਸਮਝਿਆ ਗੱਲ ਪਰ ਇਹ ਬੰਦਾ ਮੇਰੇ ਹਿਸਾਬ ਨਾਲ ਨਾ ਜਿਹੜਾ ਆ ਵੀਜ਼ਾ ਲਵਾ ਕੇ ਦਿੰਦਾ ਸਾਰੇ ਟਿਕਟੋਕਰਾਂ ਦੇ ਇੰਸਟਾਗ ਅਸਲ ਦੇ ਵਿੱਚ ਇਹਨੂੰ ਇਹ ਇਹਦਾ ਰੋਜ ਕੇ ਨਾ ਡਾਂ ਖੜਕੀ ਹੁੰਦੀ ਆ ਵੇਖੋ ਆਰੀਆਨ ਅਕੈਡਮੀ ਦੇ ਤੇ ਲੱਗੀ ਠੱਗੀ ਦੇ આરોਪ ਸੁਣੋ ਕੀ ਅਕੈਡਮੀ ਦੇ ਮਾਲਕ ਆ ਮੇਰੀ ਸਕਰੀਨ ਟੁੱਟੀ ਤਾਂ ਹੀ ਮੇ ਕੋ ਸਹੀ ਪੜਨ ਹੁੰਦਾ ਪਿਆ ਅੱਛਾ ਸਮਝੇ ਮੇਰੀ ਗੱਲ ਬਹੁਤ ਨੇ ਆ ਵੇਖੋ ਏ ਐਸ ਆਈ ਦੇ ਮੁੰਡੇ ਨੂੰ ਦਿੱਤਾ ਕੈਨੇਡਾ ਦਾ ਜਾਲੀ ਵੀਜ਼ਾ ਜਾਲੀ ਵੀਜ਼ਾ ਦਿੱਤਾ ਐ ਕੱਲ ਨੇ ਫੇਰ ਚ ਏ ਐਸ ਆਈ ਦੇ ਮੁੰਡੇ ਨੂੰ ਏਜੰਟ ਤੂੰ 27 ਸਟੂਡੈਂਟਸ ਨੇ ਲਾਈਆਂ ਪੱਕਾ ਮੋਰਚਾ ਰੋਜ਼ ਸਵੇਰੇ ਤੂੰ ਸ਼ਾਮ ਆਰੀਅਨ ਅਕੈਡਮੀ ਦੇ ਬਾਹਰ ਮੋਰਚਾ ਮੁੰਡੇ ਵੇ ਧਰਨਾ ਲਾ ਕੇ ਬੈਠੇ ਨੇ ਮੇਰੇ ਲਈ ਤਾਲੀ ਵਜਾਈਏ ਭਾਈ ਸਾਹਿਬ ਮੇਰੇ ਲਈ ਤਾਲੀ ਵਜਾਈਏ ਰਾਜੂ ਭਈਆ ਜਿੰਦਾਬਾਦ ਬਹੁਤ ਸਰੀ ਵਾਲੇ ਮੇਰੇ ਕਹਿਣ ਦਾ ਮਤਲਬ ਕਿ ਇਹ ਬੰਦਾ ਬਦਲ ਕਰਦਾ ਗੇਮ ਖੇਡਦਾ ਇਹ ਸਿਰਫ ਨਾ ਉਹਨਾਂ ਨੂੰ ਲਾ ਕੇ ਦਿੰਦਾ ਵੀ ਜਿਹਦੇ ਨਾਲ ਮੇਰੀ ਫ੍ਰੀ ਚ ਪਬਲਿਸਿਟੀ ਵੀ ਹੋ ਜੇ ਤੇ ਲੋਕਾਂ ਨੂੰ ਇਹ ਲੱਗੇ ਲੱਖਾਂ ਲੋਕਾਂ ਨੂੰ ਵੀ ਜੇ ਐਂਜਲ ਨੂੰ ਜਾਂ ਮਿਸਟਰ ਐਂਡ ਮਿਸਰ ਨਰੂਲਾ ਨੂੰ ਇਹ ਬਾਹਰ ਭੇਜਦਾ ਸਾਨੂੰ ਕਿਉਂ ਨਹੀਂ ਭੇਜਦਾ ਸਮਝੇਗਾ ਪਰ ਜਿਹੜੇ ਆਮ ਲੋਕ ਇਹਦੇ ਕੋਲ ਆਂਦੇ ਨੇ ਜਿਹਦਾ ਦੀਪ ਰੰਦਾਵਾ ਗਿਆ ਸੀ ਇਹਦੇ ਮੱਖ ਲੜ ਦਿਓ ਆਜੋ ਜਿੱਥੇ ਮਰਜੀ A few moments later ਛਕਲੇ ਤੋਂ ਫੜ ਕੇ ਮੇਰੇ ਚਪੇੜ ਮਾਰੀ ਮੇਰੀ ਚੈਨ ਨਾਲ ਦੀ ਚੈਨ ਤੋੜਤੀ ਮੇਰੀ ਭੈਜੋ ਬੜਾ ਗੇਮਰ ਬੰਦਾ ਸਮਝੇਗਾ ਇਸ ਕਰਕੇ ਜੇ ਤੁਸੀਂ ਟਿਕਟੋਕਰ ਹੋ ਇੰਸਟਾਗ੍ਰਾਮਰ ਹੋ ਫਿਰ ਆਰਨ ਅਕੈਡਮੀ ਤੇ ਜਾਇਓ ਜੋ ਮੇਰੇ ਵਰਗੇ ਮਾਰਤਾ ਨਾ ਜਾਇਓ ਬੋੰਡ ਮਾਰ ਜਣੀ ਅੰਗਲਜੀ ਨੇ ਬਹੁਤ ਤੇਜ ਹੈ ਕੀ ਇਹਹੀ ਗੁਨਾਹ ਹੈ ਮੇਰਾ ਅੱਛਾ ਤੇ ਵੇਖੋ ਹੁਣ ਉਹ ਚੱਲੀ ਅੰਜਲ ਚੱਲ ਗਈ ਬਾਹਰ ਬਾਹਰ ਚੱਲ ਗਈ ਮਮ ਦੇ ਦਿਲਵੱਤੇ ਜੀ ਨੇ ਪੁੱਤ ਵਦੇ ਸਾ ਛੱਟੇ ਤੈਨਂ ਜਾਵੀਆਂ ਬਸ ਆਹੀ ਮੂਵਮੈਂਟ ਵੀਰਾਂ ਨੂੰ ਕਿਦੋਂ ਦੀ ਵੇਟ ਸੀ ਪੀ ਇਹ ਪੜਾ ਸਾਰਾ ਟੱਬਰ এয়ারਪੋਰਟ ਤੇ ਪਹੁੰਚ ਜਾ ਲੋ ਹਾਏ ਅੰਮੀ ਤੇਰਾ ਤਨ ਜਿਗਰਾ ਨੂੰ ਜਦੋਂ ਗਰੀਬੀ ਛੱਟ ਗਈ ਬਸ এয়ারਪੋਰਟ ਤੇ ਨਾ ਮਲਗੀ ਰੀਲਾ ਆ ਆ ਇਹ ਦੇਖੋ ਹੁਣ ਛੇਤੀ ਪਿੰਡ ਆ ਨਹੀਂ ਹੋਣਾ ਵੇਹ ਲੈ ਰਬੜੇ ਸਾਰਾ ਕੁਝ ਦਿੱਤਾ ਜਿਹੜੇ ਅੱਜ ਕੱਲ ਸਾਡੇ ਮੁੰਡੇ ਨਹੀਂ ਜਾਂਦੇ ਆਈ ਲੈਟਸ ਕਰਕੇ ਹਨਾ ਜਾਂ ਸਟੱਡੀ ਵੀਜ਼ੇ ਤੇ ਜਿੱਦਾਂ ਵੀ ਜਾਂਦੇ ਨੇ ਉਹਨਾਂ ਉਹਨਾਂ ਕੋ ਵੀਜ਼ਾ ਹੁੰਦਾ ਉਹ ਜੇ دل ਨਾ ਲੱਗੇ ਵਾਪਸ ਵੀ ਪੰਜਾਬ ਆ ਸਕਦੇ ਨੇ ਪਰ ਮੈਂ ਸੋਚਦਾ ਪਿਆ ਸੀ ਕਿ ਜਿੱਦੋਂ ਸਾਡੇ ਪਿਓ ਬਾਹਰ ਆਏ ਹਨਾ 90 'ਚ 80 'ਚ 84 'ਚ ਜਿਹੜੇ ਮੁੰਡੇ ਸਾਡੇ ਬਾਹਰ ਆਏ ਇੰਗਲੈਂਡ ਜਰਮਨ ਕੈਨੇਡਾ ਗਏ ਉਹ 15 15 20 20 ਸਾਲ ਬਾਹਰ ਹੀ ਇੰਡੀਆ ਹੀ ਨਹੀਂ ਗਏ ਕਿਉਂਕਿ ਪੇਪਰ ਨਹੀਂ ਸੀ ਬੰਦੇ ਅੱਜ ਕੱਲ ਤੇ ਬਹੁਤ ਸੋਖਾ ਆ ਗਿਆ ਬਾਹਰ ਜਾ ਕੇ ਪੇਪਰ ਲੈਣਾ ਸਮਝੇ ਗੱਲ ਤੁਸੀਂ ਪੜੋ ਤਨੂ ਵੀਜ਼ਾ ਮਿਲ ਜਾਂਦਾ ਪਰ ਉਹ ਮੁੰਡਿਆ ਨੇ ਕੱਚੇ ਹੁੰਦੇ ਸੀ ਕਿਸੇ ਨੇ ਵਿਆਹ ਕਰਾਇਆ ਕਿਸੇ ਦੀ ਘਰ ਵਾਲੀ ਛੱਡ ਕੇ ਚਲ ਗਿਆ ਇੱਥੇ ਗੋਰੀਆਂ ਨਾਲ ਹਨਾ ਬੜੀਆਂ ਗੇਮਾਂ ਮਨ ਲਗੇ ਉਹ ਮੁੰਡੇ ਉਹ ਵੀ ਤੇ ਐਸੀ ਯਾਰ ਉਹਨਾਂ ਦਾ ਸਬਰ ਵੀ ਆਇਆ ਸੀ ਇਹ ਭੈਣ ਜੋ ਅੱਜ ਕੱਲ 2 ਮਹੀਨੇ ਬਾਹਰ ਨਹੀਂ ਰਹਿੰਦੇ ਤੇ ਮੰਮੀ ਮੇਸ ਜੀ ਮੰਮੀ ਮਰ ਗਏ ਮੰਮੀ ਕਿਹੜਾ ਲਾ ਨਹੀਂ ਹੋਣਾ ਕਿਉਂ ਨਹੀਂ ਜਦੋਂ ਪਿੰਡ ਕਿਹੜਾ ਲਾ ਨਹੀਂ ਹੋਣਾ ਤੇ ਕੋ ਵੀਜ਼ਾ ਸਾਲ ਦਾ ਹੋਏ ਗਈ ਬਾਹਰ ਹੀ ਤੂੰ ਦਿਲ ਨਾਲ ਲੱਗੇਗਾ ਇਹ ਸਭ ਡੋਗਲਾਪਨ ਹੈ ਬੜੀਆਂ ਹੋਰ ਐਕਟਿੰਗਾਂ ਕਰਦੀਆਂ ਨੇ ਆ ਵੇਖੋ ਤਨੂ ਤਨੂ ਵਿਚਾਰਾ ਰਹਿ ਗਿਆ ਹੈ ਆਖਰ ਸਿੱਤੇ ਆ ਗਿਆ ਹਣ ਕੋਈ ਨਾਲ ਲਈ ਜਾ ਤਾ ਤੀਏ ਕੋਈ ਨਾ ਕੋਈ ਪਿਆਰ ਕਿਦਾਂ ਜੱਫੀ ਬਾਕੇ ਮਿਲਦੇ ਨੇ ਹੈ ਸਿਰਫ ਆ ਮੂਵਮੈਂਟ ਤੁਹਾਨੂੰ ਦੱਸਿਆ ਨਹੀਂ ਬਸ ਰੀਅਲ 에ਅਰਪੋਰਟ ਤੇ ਇਹਨਾਂ ਨੇ ਹੋਰ ਰੀਲਾ ਪੜਾਈਆਂ ਵਲੋਗ ਬਣਾਏ ਪੈਟ ਚੋਲ ਤੇ ਪਿੱਛੇ ਨਾ ਸੁਨੇਹਾ ਕਟੈਲ ਵੀ ਖੜੀ ਸੀ ਲੋਕੀ ਕਮੈਂਟ ਕਰਕੇ ਕਹਿੰਦੇ ਇਹਨੇ ਦੱਪੜਾ ਘਰ ਦੀ ਵਸਣ ਦਿੱਤਾ ਤੇਰਾ ਕਿੱਥੋਂ ਵਸਣ ਦੇਣਾ ਬੁਰਾ ਲੱਗਦਾ ਹੈ ਭਾਈ ਆਪ ਲੋਕ ਵੀ ਜਾਣਦੇ ਹੋ ਆ ਬੁਰਾ ਲੱਗਦਾ ਛੋਰੀ ਬੱਚੀ ਕੋ ਚਲੋ ਕੋਈ ਨਹੀਂ ਨਹੀਂ ਕਹਿੰਦੇ ਚਲੋ ਕਹਿ ਵੀ ਦੀ ਉਹ ਮੇਰਾ ਕੀ ਜੰਦਾ ਅੱਛਾ ਜੀ ਗਲਬਤ ਇਦਾਂ ਹੈ ਕਿ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹੀ ਸੀ ਕਿ ਜਸਨੀਤ ਵਰਗੀਆਂ ਠਗੀਆਂ ਤੋਂ ਬਚੋ ਅਗਰ ਕੋਈ ਵੀ ਕੁੜੀ ਤੁਹਾਨੂੰ ਨੈਟ ਤੇ ਆ ਕੇ ਤੇ ਇਦਖਾਲ ਰਹੀ ਮਮੇ ਸ਼ਮੇ ਉਹਦੇ ਪਿਛੇ ਐ ਨਹੀਂ ਦੇ 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 ਉਹ ਪਤਾ ਨਹੀਂ ਕਿੱਥੇ ਕਿੱਥੇ ਹਾਂ ਸਮਝੇ ਕਿ ਮੇਰੇ ਗੱਲ ਇਦਾਂ ਦੇ ਤੂੰ ਬਚੋ ਸਕੈਮਾਂ ਤੋਂ ਇੰਟਰਨੈਟ ਤੋਂ ਆਪਣੀ ਆਖ ਦੀ ਮਿਹਨਤ ਨਾਲੇ ਇਹ ਵੀਡੀਓ ਬਣਾਉਣ ਦਾ ਇੱਕ ਹੋਰ ਮਕਸਦ ਸੀ ਸਾਨੂੰ ਨਹੀਂ ਪਤਾ ਹੋ ਸਕਦਾ ਆਰੀਅਨ ਅਕੈਡਮੀ ਵਾਲੇ ਭਾਜੀ ਅੰਕਲ ਜੀ ਹੁਣ ਸੁਧਰ ਗਏ ਹੋਣ ਸਾਨੂੰ ਕੋਈ ਨਹੀਂ ਪਤਾ ਪਰ ਅਸੀਂ ਉਹਨਾਂ ਦਾ ਜੋ ਪਾਸਟ ਸੀ ਜੋ ਫੈਕਟਰ ਇਹ ਇੰਟਰਨੈਟ ਤੇ ਜੋ ਉਪਲਬਧ ਨੇ ਅਸੀਂ ਉਹਨਾਂ ਤੇ ਗੱਲ ਕੀਤੀ ਹੈ ਕਿ ਇਦਾਂ ਦੇ ਏਜੰਟਾਂ ਤੋਂ ਵੀ ਬਚੋ ਇਹ ਸਿਰਫ ਟਿਕਟੋਕਰਾਂ ਨੂੰ ਵੀਜ਼ਾ ਲਵਾ ਕੇ ਦਿੰਦੇ ਨੇ ਤਾਂ ਜੋ ਉਹਨਾਂ ਦੀ ਫ੍ਰੀ ਪਬਲਿਸਿਟੀ ਹੋ ਜਾਏ ਸਮਝ ਗਏ ਤੁਸੀਂ ਮੇਰੀ ਸਾਰੀ ਗੱਲ ਇਹ ਵੀਡੀਓ ਬਣਾਉਣ ਦੇ ਮਕਸਦ ਸੀ ਤੇ ਬਾਕੀ ਮੇਰੇ WhatsApp ਗਰੁੱਪਾਂ 'ਚ ਇੱਕ ਮੁੰਡਾ ਸੀ ਇੱਕੂ ਨਾ ਉਹ ਕਹਿੰਦਾ ਠਗੀਆਂ ਮਾਰਦੇ ਰਿਹਾ ਮੁੰਡਿਆਂ ਨੂੰ ਹਾਲਾਂਕਿ ਮੈਂ ਵੀਡੀਓ 'ਚ ਵੀ ਲਿਖਿਆ ਆਪਣੇ ਗਾਈਡਲਾਈਨਸ 'ਚ WhatsApp ਗਰੁੱਪਾਂ ਦੀ ਗਾਈਡਲਾਈਨਸ ਸਪੈਸ਼ਲ ਲਿਖਿਆ ਹੈ ਕਿ ਕਿਸੇ ਨੇ ਵੀ ਜੋੜ ਜਿਹੜੀ ਗੱਲ ਕਰਨੀ ਉਹ ਗਰੁੱਪ ਚ ਕਰਨੀ ਹੈ ਜਦੋਂ ਤੁਸੀਂ ਸੈਡਾਂ ਤੇ ਜਾ ਜਾ ਕੇ ਗਰੁੱਪ ਤੋਂ ਬਾਹਰ ਗੱਲਾਂ ਕਰਦੇ ਨੇ ਯਾਰ ਦੋਸਤ ਬਣਾਦੇ ਫਿਰ ਤੁਹਾਡੇ ਕੋਲ ਸੇਵਾ ਮੰਗਦੇ ਨੇ ਮੈਂ ਨਾਲੇ ਲਿਖਿਆ ਵੀ ਕਿਸੇ ਨੇ ਸੇਵਾ ਨਹੀਂ ਦੇਣੀ ਕਿਉਂ ਸੇਵਾ ਦਿੰਦੇ ਤੁਸੀਂ ਜਦੋਂ ਅਸੀਂ ਨਹੀਂ ਤੁਹਾਡੇ ਕੋਲ ਅਜੇ ਤੱਕ ਕੋਈ ਸੇਵਾ ਮੰਗੀ ਤੁਸੀਂ ਕਿਉਂ ਦਿੰਦੇ ਸੇਵਾ ਤੇ ਉਹ ਮਾਰ ਗਏ ਕਿ ਦਿਨਾਂ ਦੀ ਠੱਗੀ ਠੁਗੀ ਮਾਰ ਗਏ ਕਿਸੇ ਮੁੰਡੇ ਨੂੰ ਪੜੇ ਯਾਰ ਦੋਸਤ ਬਣਾ ਕੇ ਤੇ ਇਸ ਕਰਕੇ ਇੱਕੂ ਮੁੰਡੇ ਦਾ ਨਾਮ ਹੈ ਕੋਸ਼ਿਸ਼ ਹੋ ਸਕੀ ਤਾਂ ਮੈਂ ਨੰਬਰ ਵੀ ਤੁਹਾਨੂੰ ਦੇ ਦਾਂਗਾ ਇੱਥੇ ਵੀ ਅੱਗੇ ਦੂਜੇ ਕਿਤੇ ਫ੍ਰੈਸ਼ੀ ਦੇ ਗਰੁੱਪਾਂ ਜਾਂ ਜਾ ਕੇ ਹੋਰ YouTube ਦੇ ਗਰੁੱਪ ਚ ਜਾਵੇ ਤਾਂ ਧਿਆਨ ਦਿਓ ਇ ਕੋਈ ਕਹਿੰਦਾ ਮੈਂ ਗੁਰਦਾਰੇ ਬਣਾਣਾ ਪਤਾ ਨਹੀਂ ਕਿਹੜੀ ਸ਼ੀਦੀ ਦੀ ਹੜ ਚਲਦੇ ਕਹਿੰਦਾ ਮੈਂ ਲੰਗਰ ਲਵਾਣਾ ਤੇ ਲੰਗਰ ਦੇ ਨਾਂ ਦੇ ਆ ਇੱਥੇ ਇਹ ਆ ਵੀਡੀਓ ਹੈ ਅੱਜ ਦੀ ਠੱਗਾਂ ਦੇ ਉੱਤੇ ਤੇ ਬਾਕੀ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ